ਹਾਂਜੀ ਮਾਲਵਾ ਬੈਡਲਿਫ ਦੇਖ ਰਹੇ ਸਾਰੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਸਵੇਰ ਦੀ ਤੁਹਾਨੂੰ ਖੁਸ਼ਖਬਰੀ ਮੈਂ ਸੁਣਾਉਣ ਲੱਗਾ ਜੀ ਠੀਕ ਹੈ ਪੰਜਾਬ ਪੁਲਿਸ ਸਬ ਇੰਸਪੈਕਟਰ ਕਨਸਟੇਬਲ ਤੇ ਹੋਰ ਵੀ ਜਿਹੜੀ ਚੰਡੀਗੜ੍ਹ ਪੁਲਿਸ ਭਰਤੀਆਂ ਜਾਂ ਫਿਰ ਆਪਾਂ ਕੋਈ ਵੀ ਗਵਰਨਮੈਂਟ ਇਗਜ਼ਾਮ ਦਿੰਨੇ ਆ ਉਹਨਾਂ ریلیਟਡ ਹੈ ਇਹ ਜਾਣਕਾਰੀ ਠੀਕ ਹੈ ਸਾਰੇ ਹੀ ਭੈਣ ਭਰਾਵਾਂ ਨੂੰ ਬੇਨਤੀ ਹੈ ਜਾਣਕਾਰੀ ਪੂਰੀ ਸੁਣ ਕੇ ਜਾਈਓ ਠੀਕ ਹੈ ਜੀ ਜਿਹੜੇ ਨਵੇਂ ਆਏ ਆ ਚੈਨਲ ਤੇ ਉਹ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਕਿਉਂਕਿ ਤੁਹਾਡੀ ਸਪੋਰਟ ਨਾਲ ਹੀ ਅਸੀਂ ਤੁਹਾਡੇ ਨਾਲ ਖੜੇ ਆ ਠੀਕ ਹੈ ਜੀ ਸੋ ਬਾਕੀ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ ਤਾਂਕਿ ਤੁਹਾਨੂੰ ਹਰੇਕ ਨੋਟੀਫਿਕੇਸ਼ਨ ਦੀ ਜਾਣਕਾਰੀ ਤੁਹਾਨੂੰ ਪਹਿਲ ਦੇ ਅਧਾਰ ਤੇ ਮਿਲੇ ਦੋਸਤੋ ਗੱਲ ਇਦਾਂ ਵੀ ਜਿਵੇਂ ਹੁਣ ਤੁਸੀਂ ਸਬ ਇੰਸਪੈਕਟਰ ਕਨਸਟੇਬਲ ਦੇ ਇਗਜ਼ ਤੇ ਇਨ ਫਿਊਚਰ ਤੁਸੀਂ ਹੋਰ ਵੀ ਪੋਸਟਾਂ ਦੇ ਇਗਜ਼ਾਮ ਦੋਗੇ ਜਿਵੇਂ ਕਿ ਇੰਟੈਲੀਜੈਂਸੀ ਕੈਡਰ ਹੋ ਗਿਆ ਇਨਵੈਸਟੀਗੇਸ਼ਨ ਜਾਂ ਫਿਰ ਮਤਲਬ ਕਹਿੰਦਾ ਪਾਪ ਵਿਜੀਲੈਂਸ ਦੇ ਰਿਲੇਟਡ ਹੈ ਨਾ ਜੀ ਪੀ ਟ੍ਰਿਪਲ ਐਸ ਬੀ ਦੀਆਂ ਜਿੰਨੀਆਂ ਵੀ ਪੋਸਟਾਂ ਆਉਂਦੀਆਂ ਉਹਨਾਂ ਰਿਲੇਟਡ ਵੀ ਤੁਸੀਂ ਦੋਗੇ ਹੈ ਨਾ ਤੇ ਦੋਸਤੋ ਗੱਲ ਇਦਾਂ ਵੀ ਪੰਜਾਬ ਦੇ ਵਿੱਚ ਹੁਣ ਸੀਐਮ ਭਗਵੰਤ ਮਾਨ ਜੀ ਵੱਲੋਂ ਤੁਹਾਡੇ ਇਗਜ਼ਾਮ ਲੈ ਜਾ ਰਹੇ ਨੇ ਜਿਹੜੇ ਕਿ ਟੈਕਨੀਕਲ ਬੇਸਡ ਹੋਣ ਹੋਣਗੇ ਕੰਪਿਊਟਰ ਦੇ ਮਤਲਬ ਉੱਤੇ ਤੇ ਤੁਹਾਡੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਆਪਣੇ ਡਿਸਕ੍ਰਿਪਸ਼ਨ ਵਿੱਚ ਲਿੰਕ ਪਿਆ ਜੇ ਅਗੇ ਤੁਹਾਨੂੰ ਨਹੀਂ ਆਂਦਾ ਮੋਕ ਟੈ ਪੂਰਾ ਚੈੱਕ ਕਰ ਲਓ ਵੀ ਕਿਦਾਂ ਕਿਦਾਂ ਪੇਪਰ ਦਿਨਾ ਸੋ ਇੱਕ ਖੁਸ਼ਖਬਰੀ ਦੀ ਗੱਲ ਈ ਆ ਦੋਸਤੋ ਵੀ ਪੰਜਾਬ ਦੇ ਵਿੱਚ ਹੁਣ 2021 ਤੋਂ ਲੈ ਕੇ 2023 ਤੱਕ ਜਿੰਨੇ ਵੀ ਇਗਜ਼ਾਮ ਹੋਏ ਆ ਬੇਸਿਕਲੀ ਹਨਾ ਜੀ ਤੁਸੀਂ ਜਾਣਦੇ ਹੀ ਹੋ ਸਿਆਣੀ ਹੋ ਤੁਹਾਡੇ ਸਾਰੇ ਕੋਲ ਉਹ ਪੇਪਰ ਜਿਹੜੇ ਪਹੁੰਚ ਵੀ ਗਏ ਹੋਣੇ ਆ ਕਿਸੇ ਨਾ ਕਿਸੇ ਗਰੁੱਪ ਦੇ ਥਰੂ ਟੈਲੀਗ੍ਰਾਮ ਦੇ ਥਰੂ ਜਾਂ ਫਿਰ ਕਿਸੇ ਵੀ ਮਤਲਬ ਮਾਧਿਅਮ ਰਹੀਂ ਤੁਹਾਡੇ ਕੋਲ ਮੋਬਾਈਲ ਦੇ ਵਿੱਚ ਪਏ ਹੋਣੇ ਆ ਪਿਛਲੇ ਪੇਪਰ ਤੁਸੀਂ ਜ਼ਿਆਦਾਤਰ ਐਨਾਲਿਸਿਸ ਕਰਕੇ ਦੇਖਿਓ ਵੀ ਅੱਜ ਦੇ ਜਿਹੜੇ ਹੁਣ ਪੇਪਰ ਹੋ ਰਿਹਾ 2023 ਦੀ ਭਰਤੀ ਦੇ ਉਹ 2021 22 ਭਰਤੀ ਦੇ ਵਿੱਚ ਜਿੰਨੇ ਪੇਪਰ ਹੋਏ ਸੀ ਉਹਨਾਂ ਦੇ ਵਿੱਚੋਂ ਹੀ ਟੌਪਿਕ ਚੱਕ ਕੇ ਪੇਪਰ ਪਾਇਆ ਗਿਆ ਮਤਲਬ ਕਹਿੰਦਾ ਪਾ ਬਿਲਕੁਲ ਸੇਮ ਟੂ ਸੇਮ ਪੇਪਰ ਦੇ ਵਿੱਚ ਕੁਐਸਚਨ ਵੇਖਣ ਨੂੰ ਵੀ ਮਿਲੇ ਨੇ ਜਿਆਦਾ ਤੋਂ ਜਿਆਦਾ 2021 ਦੇ ਭਰਤੀ ਦੇ ਮਤਲਬ ਕਾਫੀ ਕੁਐਸਚਨ ਜਿਹੜੇ ਹੈਗੇ ਹੁਣ ਰਿਪੀਟ ਹੋ ਕੇ ਆ ਰਹੇ ਨੇ ਦੋਸਤ ਮੇਰੇ ਭੈਣ ਭਰਾ ਇਹ ਹੀ ਮੈਂ ਬੇਨਤੀ ਕਰਦਾ ਵੀ ਤੁਸੀਂ ਹੁਣ ਘਬਰਾਉਣਾ ਕਿਉਂਕਿ ਪੰਜਾਬ ਦੇ ਸੀਐਮ ਵੱਲੋਂ ਇਹ ਹੀ ਬੇਨਤੀ ਕੀਤੀ ਗਈ ਹੈ ਤੁਹਾਨੂੰ ਵੀ ਬੱਚਿਓ ਤੁਸੀਂ ਪੜਨ ਦੀ ਮਤਲਬ ਕਿ ਇੱਕ ਆਸ ਰੱਖੋ ਆਪਦੇ ਵਿੱਚ ਤੇ ਪੇਪਰ ਤੁਹਾਨੂੰ ਆਪਣੇ ਅਫਸੋਖਾ ਲੱਗੇਗਾ ਉਹਨਾਂ ਦਾ ਕਹਿੰਦਾ ਭਾਬਾ ਇਹ ਹੀ ਹੈ ਵੀ ਅਸੀਂ ਔਖਾ ਪੇਪਰ ਨਹੀਂ ਬੰਦੇ ਪ੍ਰੀਵਿਅਸ ਪ੍ਰੀਵਿਅਸ ਇਅਰ ਕੁਐਸ਼ਨਸ ਵਗੈਰਾ ਜਿਹੜੇ ਹੈਗੇ ਉਹਨਾਂ ਨੂੰ ਹੀ ਰਿਪੀਟ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਤੇ ਦੂਸਰੀ ਗੱਲ ਹੈ ਬੱਚਿਆਂ ਨੂੰ ਅਸੀਂ ਔਖਾ ਪਾ ਕੇ ਪੇਪਰ ਕੋਈ ਤੰਗ ਕਰਨਾ ਨਹੀਂ ਹੈ ਨਾ ਕਿ ਉਹਨਾਂ ਨੂੰ ਭਰਤੀ ਸਗੋ ਕਢਾਣਾ ਹੈ ਸਗੋ ਤੁਹਾਨੂੰ ਪਤਾ ਹੀ ਹੈ ਪੰਜਾਬ ਪੁਲਿਸ ਜਾਂ ਫਿਰ ਡਿਫੈਂ ਵਹਿਕਲ ਜਿਹੜਾ ਹੈਗਾ ਉਹ ਬਹੁਤ ਹੀ ਮਾਈਨਰ ਬੱਚਾ ਮਤਲਬ ਕਿ ਬਹੁਤ ਹੀ ਘੱਟ ਗਿਣਤੀ ਵਿੱਚ ਬੱਚੇ ਰੈਕ ਕਰ ਪਾਉਂਦੇ ਆ ਕਈਆਂ ਤੋਂ ਤਾਂ ਅੱਜਕੱਲ ਤੁਹਾਨੂੰ ਪਤਾ ਆ ਭੱਜਾ ਵੀ ਨਹੀਂ ਜਾਂਦਾ ਸੋ ਇਸੇ ਕਰਕੇ ਪੰਜਾਬ ਸਰਕਾਰ ਦਾ ਵੀ ਇਹੀ ਕਹਿਣਾ ਹੈ ਵੀ ਅਸੀਂ ਪੀਪਰ ਨੂੰ ਵੀ ਈਜ਼ੀ ਪਾਈਏ ਤਾਂ ਕਿ ਹਰੇਕ ਬੱਚਾ ਪਿੰਡ ਤੋਂ ਲੈ ਕੇ ਸ਼ਹਿਰ ਤੱਕ ਦਾ ਕ੍ਰੈਕ ਕਰ ਸਕੀ ਠੀਕ ਹੈ ਜੀ ਕਿਉਂਕਿ ਤੁਹਾਨੂੰ ਪਤਾ ਹੈ ਹੁਣ ਪੀ ਟ੍ਰਿਪਲ ਐਸ ਬੀ ਨੇ ਐਕਸਾਈਜ਼ ਤੇ ਪਟਵਾਰੀ ਤੇ ਹੋਰ ਦੋ ਤਿੰਨ ਪੇਪਰ ਇਕੱਠੇ ਸੀ ਉਹ ਪੇਪਰ ਮਰਜ ਹੋ ਗਏ ਸੀ ਬਟ ਉਹ ਪੇਪਰ ਦਾ ਜਿਹੜਾ ਲੈਵਲ ਸੀ ਤੁਸੀਂ ਦੇਖੋਗੇ ਉਹ ਤਾਂ ਬਿਲਕੁਲ ਵੀ ਉਹਨਾਂ ਦੀ ਪੋਸਟ ਦੇ ਨਾਲ ਮਿਲਦਾ ਹੀ ਨਹੀਂ ਸੀ ਹਨਾ ਜੀ ਤੁਸੀਂ ਦੇਖ ਰਹੇ ਹੋ ਵੀ ਬੱਚਿਆਂ ਦੇ ਹਜ਼ਾਰ ਤੱਕ ਮਤਲਬ ਕਿ ਇਹ ਬੱਚੇ ਇਹੋ ਜਿਹੇ ਸੀ ਜਿਨ੍ਹਾਂ ਨੇ 97 ਪਲੱਸ ਮਤਲਬ ਕਿ 90 ਪਲੱਸ ਮਾਰਕਸ ਲਿੱਤੇ ਹੈ ਨਾ ਜੀ ਇੱਕ ਸਾਹ ਦੇ ਤੇ ਮੈਂ ਹੈਰਾਨੇ ਰਹਿ ਗਿਆ ਜੀ ਦੋਸਤੋ ਹੁਣ ਉਹਨਾਂ ਨੇ ਜਿਹੜੀ ਸਿਲੈਕਸ਼ਨ ਕਰਨੀ ਹੈ ਉਹ ਇੱਕ ਤਾਂ ਸਿਨਿਓਰਿਟੀ ਬੇਸ ਹੋਊਗੀ ਦੂਸਰੀ ਗੱਲ ਹੈ ਉਹਨਾਂ ਨੇ ਪਾਰਟੀਸ਼ਨ ਕਰ ਦੇਣੀ ਹੈ ਪਾਰਟੀਸ਼ਨ ਦੇ ਬੇਸ ਤੇ ਉਹਨਾਂ ਨੇ ਸਾਰਾ ਕੁਝ ਮਤਲਬ ਤੁਹਾਡਾ ਜਿਹੜਾ ਹੈਗਾ ਕ੍ਰਾਈਟੇਰੀਆ ਤੇ ਵੰਡ ਕੇ ਤੁਹਾਨੂੰ ਪੋਸਟਾਂ ਤੇ ਬਿਠਾ ਦੇਣਾ ਉਹਨਾਂ ਨੇ ਮਤਲਬ ਕਹਿੰਦਾ ਪਾਵਰ ਹੁਣ ਹਰੇਕ ਬੱਚੇ ਨੂੰ ਅਨ ਜੋਬ ਦੇ ਉੱਤੇ ਚੜਾਉਣਾ ਹੈ ਜਿਵੇਂ ਕਿ ਉਹਨਾਂ ਤੁਸੀਂ ਭੱਜ ਕੇ 20 ਲੱਖ ਲਾ ਕੇ ਕੈਨੇਡਾ ਜਾਣੇ ਹੋ ਹਨਾ ਜੀ ਉਵੇਂ ਹੀ ਉਹਨਾਂ ਨੇ ਹੁਣ ਤੁਹਾਨੂੰ ਭੱਜ ਕੇ ਜੋਬਸ ਦੇਣੀਆਂ ਵੀ ਤੁਸੀਂ ਇੱਕ ਤੁਹਾਡੇ ਮਨ ਦੇ ਵਿੱਚ ਉਤਸ਼ਾਹ ਪੈਦਾ ਕਰਨਾ ਵੀ ਤੁਸੀਂ ਪੇਪਰ ਦੇਣ ਯੋਗ ਹੋ ਜੋ ਵੀ ਪੇਪਰਾਂ ਨੂੰ ਵੱਧ ਤੋਂ ਵੱਧ ਤੁਸੀਂ ਕੰਡਕਟ ਕਰਾਵਾਂਗੇ ਅਸੀਂ ਤੇ ਤੁਸੀਂ ਵੱਧ ਤੋਂ ਵੱਧ ਕਰੈਕ ਕਰੋ ਤੇ ਅਸੀਂ ਜੋਬ ਜਿਹੜੀ ਹੈਗੀ ਤੁਹਾਨੂੰ ਐਂ ਦੇਵਾਂਗੇ ਜਿਵੇਂ ਵੀਜ਼ੇ ਆਂਦੇ ਹੁੰਦੇ ਆ ਠੀਕ ਹੈ ਜੀ ਉਵੇਂ ਹੀ ਪੰਜਾਬ ਦੀ ਸਰਕਾਰ ਨੇ ਇਹੀ ਕਿਹਾ ਹੈ ਵੀ ਹੁਣ ਕੋਈ ਵੀ ਬੱਚਾ ਇਹ ਨਾ ਸੋਚੇ ਵੀ 10th ਦੀਆਂ ਜੋਬਸ ਨਹੀਂ ਆਣੀਆਂ 10th ਦੀਆਂ ਮੈਨੂੰ ਲੱਗਦਾ ਗ੍ਰੈਜੂਏਸ਼ਨ ਤੋਂ ਬਾਅਦ ਜ਼ਿਆਦਾ ਜੋਬਸ ਮਿਲਦੀਆਂ 10th ਤੋਂ ਜਾਂ +2 ਤੋਂ ਬਾਅਦ ਮਤਲਬ ਤੁਸੀਂ ਦੇਖ ਸਕਦੇ ਹੋ ਵੀ ਜਿੰਨੇ ਵੀ ਫਾਇਰ ਡਿਪਾਰਟਮੈਂਟ ਜਿਹੜਾ ਹੈਗਾ ਜਾਂ ਫਿਰ ਤੁਸੀਂ ਜਲ ਵਿਭਾਗ ਲਾ ਲੋ ਇਲੈਕਟ੍ਰੀਸ਼ੀਅਨ ਵਾਲਾ ਵਿਭਾਗ ਲਾ ਲੋ ਉਸ ਦੇ ਵਿੱਚ ਵੀ +2 ਤੋਂ ਬਾਅਦ ਕਿੰਨੀਆਂ ਜੌਬਸ ਹੈ ਸੋ ਜਿਹੜੇ ਭੈਣ ਭਰਾ ਤਾਂ +2 ਕਰ ਚੁੱਕੇ ਆ ਉਹ ਪਲੀਜ਼ ਕਿਰਪਾ ਕਰਕੇ ਵੱਧ ਤੋਂ ਵੱਧ ਕੈਫਿਆਂ ਦੇ ਵਿੱਚ ਢੇੜਾ ਮਾਰਿਆ ਕਰੋ ਜਾਂ ਫਿਰ ਆਨਲਾਈਨ ਆਪਣੇ ਕੋਲ ਬਥੇਰੀਆਂ ਵੈਬਸਾਈਟਸ ਆ ਜਿੱਥੇ ਉੱਤੇ ਤੁਹਾਨੂੰ ਫ੍ਰੀ ਆਫ ਕੋਸਟ ਸਾਰਾ ਡਾਟਾ ਪਤਾ ਚੱਲਦਾ ਹੈ ਵੀ ਕਿਹੜੀ ਜੌਬ ਨਿਕਲੀ ਹੈ ਬਾਕੀ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਟੈਲੀਗ੍ਰਾਮ ਤੇ ਚੈਨਲ ਇੱਕ ਬਣਾਵਾਂਗੇ ਜੁੜਨ ਦੀ ਜਿੱਥੇ ਤੁ ਦੀ ਕਿਸੇ ਵੀ ਰਿਲੇਟਡ ਤੁਹਾਨੂੰ ਜਾਣਕਾਰੀ ਦਈਏ ਤੇ ਨਾਲ ਹੀ ਸ਼ਾਇਦ ਅਸੀਂ ਹੁਣ ਆਉਣ ਵਾਲੇ ਫਿਊਚਰ ਮਤਲਬ ਕਿ ਅੰਦਰ ਪਾਵ 2 ਜਾਂ 3 ਮਹੀਨੇ ਤੱਕ ਇੱਕ ਪਲੇਟਫਾਰਮ 'ਤੇ ਖੜਾ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਫ੍ਰੀ ਆਫ ਕੋਸਟ ਪੰਜਾਬ ਪੁਲਿਸ ਦੀ ਤਿਆਰੀ ਕਰਾਉਂਗਾ ਇਸ ਦਾ ਕਾਰਨ ਕੀ ਹੈ ਆਪਾਂ ਜ਼ਿਆਦਾਤਰ ਮੈਂ ਵੇਖਿਆ ਵੀ ਪੰਜਾਬ ਪੁਲਿਸ ਨੂੰ ਲੈ ਕੇ ਕੋਈ ਸਪੈਸ਼ਲ ਚੈਨਲ ਨਹੀਂ ਹੈ ਜਿਸ ਦੇ ਵਿੱਚ ਪੰਜਾਬੀ ਮਤਲਬ ਕਿ ਪੰਜਾਬੀ ਜਾਂ ਇੰਗਲਿਸ਼ ਦੇ ਵਿੱਚ ਪ੍ਰੋਪਰ ਸਮਝਾਇਆ ਜਾਵੇ ਵੀ ਪੇਪਰ ਕਿਵੇਂ ਕੰਡਕਟ ਹੋਣਾ ਹੈ ਜਾਂ ਫਿਰ ਪੇਪਰ ਦਾ ਸਿਲੇਬਸ ਕਿਵੇਂ ਕਵਰ ਕਰਨਾ ਹੈ ਮੈਂ ਚਾਹੂੰਗਾ ਵੀ ਤੁਹਾਨੂੰ ਪੇਪਰ ਦਾ ਸਿਲੇਬਸ ਵੀ ਮੈਂ ਤਿਆਰ ਕਰਾਵਾਂ ਠੀਕ ਹੈ ਜੀ ਆਪਣੇ ਅਕੋਰਡਿੰਗ ਕਿਉਂਕਿ ਤੁਸੀਂ ਜਿਹੜੇ ਹੈਗੇ ਬੱਚੇ ਡਿਫਰੈਂਟ ਡਿਫਰੈਂਟ ਚੈਨਲਸ ਤੇ ਜਾਂਦੇ ਨੇ ਉੱਥੇ ਆਪਣਾ ਟਾਈਮ ਵੇਸਟ ਕਰਦੇ ਹੋ ਇੱਕ ਘੰਟੇ ਦੀ ਵੀਡੀਓ ਵਿੱਚ ਤੁਹਾਨੂੰ ਸਿਰਫ 20 ਜਾਂ 25 ਕੁਐਸਚਨ ਮਸਾਂ ਕਰਾਏ ਜਾਂਦੇ ਆ ਬਟ ਆਪਾਂ ਇੱਕ ਘੰਟੇ ਦੀ ਵੀਡੀਓ ਵਿੱਚ ਕਮ ਸੇ ਕਮ ਡੇਡ ਜਾਂ ਦੋ ਟਾਪਿਕ ਆਪਾਂ ਕੰਪਲੀਟ ਕਰਿਆ ਕਰਾਂਗੇ ਥਿਊਰੀ ਕੰਪਲੀਟ ਕਰਨ ਤੋਂ ਬਾਅਦ ਐਮਸੀਕਿਊਜ਼ ਜਿਹੜੇ ਹੈਗੇ ਆ ਉਹ ਕੰਪਲੀਟ ਕਰਕੇ ਤੇ ਆਪਾਂ ਤੁਹਾਡਾ ਨੱਥੀ ਕਰ ਦੇਣਾ ਜਿਹੜਾ ਅਗਲੇ ਸਾਲ ਦੀ ਭਰਤੀ ਦਾ ਠੀਕ ਹੈ ਜੀ ਹੁਣ ਇਹ ਕਿਵੇਂ ਹੋਵੇਗਾ ਜੇ ਅਗਰ ਤੁਸੀਂ ਮੇਰੇ 10000 ਦੇ ਕਰੀਬ ਸਬਸਕ੍ਰਾਈਬ ਕਰਦੇ ਹੋ ਕਿਉਂਕਿ ਇਹ YouTube ਦੀ ਪਾਲਿਸੀ ਹੈ ਵੀ ਜੇ ਅਗਰ ਪਾਂ ਲਾਈਵ ਹੁੰਨੇ ਆ ਤੇ ਬੱਚਾ ਕਮ ਸੇ ਕਮ 100 ਜਾਂ 150 ਦੇ ਲਗਭਗ ਕਰੀਬ ਹੋਵੇ ਤਾਂ ਚੰਗਾ ਲੱਗਦਾ ਲੋਕਾਂ ਦੀ ਰეკਮੈਂਡੇਸ਼ਨ ਤੱਕ ਵੀਡੀਓ ਜਾਵੇਗੀ ਤਾਂ ਉਹਨਾਂ ਨੂੰ ਵੀ ਹੰਗਾਰਾ ਮਿਲੇਗਾ ਵੀ ਅਸੀਂ ਫ੍ਰੀ ਆਫ ਕੋਸਟ ਮਾਲਵਾ ਬੈਂਡ ਲਈ ਪੀ ਤੋੜ ਕੇ ਆਪਣਾ ਫਿਊਚਰ ਬਣਾਇਆ ਮੈਂ ਤੁਹਾਨੂੰ ਇਹੋ ਜੇ ਨੋਟਸ ਪ੍ਰੋਵਾਈਡ ਕਰਾਉਂਗਾ ਜਿਹੜੀ ਕਿ ਸਿਰਫ ਪੰਜਾਬ ਪੁਲਿਸ ਦੀ ਭਰਤੀ ਜਾਂ ਫਿਰ ਜਿਹੜੇ ਵੀ ਡਿਫੈਂਸ ਦੇ ਰਿਲੇਟਡ ਮਤਲਬ ਕਿ ਜਿਹੜੇ ਪੰਜਾਬ ਦੇ ਵਿੱਚ ਡਿਫੈਂਸ ਫੋਰਸਿਸ ਹੁੰਦੀਆਂ ਜਿਵੇਂ ਇੰਟੈਲੀਜੈਂਸੀ ਹੋਗੀ ਜਾਂ ਫਿਰ ਆਪਣੇ ਆਹਾ ਚੰਡੀਗੜ੍ਹ ਪੁਲਿਸ ਭਰਤੀ ਜਿਹੜੀ ਆਪਾਂ ਲਾ ਲੈਨੇ ਆ ਇਹ ਹੋ ਗਿਆ ਮਤਲਬ ਜਿੰਨੀਆਂ ਵੀ ਭਰਤੀਆਂ ਜੇਲ ਡਿਪਾਰਟਮੈਂਟ ਦੀਆਂ ਹੋਗੀਆਂ ਇਹ ਸਾਰੀਆਂ ਆਪਾਂ ਕਰੈਕ ਕਰਾਂਗੇ ਠੀਕ ਹੈ ਸਿਲੇਬਸ ਜਿਹੜਾ ਹੈਗਾ ਲੋ ਲੈਵਲ ਤੋਂ ਹਾਈ ਲੈਵਲ ਤੱਕ ਜਾਵੇਗਾ ਠੀਕ ਹੈ ਜੀ ਤੁਸੀਂ ਬੇਫਿਕਰ ਹੋ ਜਾਓ ਤੁਹਾਡਾ ਪ੍ਰਾਇਕ ਹਿਸਾਬ ਦਾ ਵੱਡਾ ਪ੍ਰਾ ਇਹ ਸਟੈਪ ਤੁਹਾਡੇ ਲਈ ਤਾਂ ਚੱਕ ਰਿਹਾ ਕਿਉਂਕਿ ਮੈਂ ਨਹੀਂ ਜਾਣਦਾ ਵੀ ਬੱਚੇ ਹੁਣ ਇਨ ਫਿਊਚਰ ਇਹ ਸੋਚਣ ਵੀ ਹੁਣ ਅਸੀਂ ਕਿਹੜੇ ਚੈਨਲ ਤੋਂ ਪੜੀਏ ਵੀ ਕਿਹੜਾ ਚੈਨਲ ਸਾਨੂੰ ਸਾਥ ਦੇਵੇਗਾ ਆਪਾਂ ਪਹਿਲਾਂ ਮੇਨ ਮੇਨ ਵੱਡੇ ਵੱਡੇ ਸਬਜੈਕਟਾਂ ਨੂੰ ਹੱਥ ਪਾਵਾਂਗੇ ਜਿਵੇਂ ਕਿ ਜੀਕੇ ਹੋਗੀ ਉਹ ਸਾਰੀ ਨੂੰ ਕਵਰ ਕਰਾਂਗੇ ਤੁਹਾਨੂੰ ਨਿੱਕੀ ਨਿੱਕੀ ਚੀਜ਼ ਸਮਝਾਉਂਗਾ ਜਿਹੜੀ ਕਿ ਸਿਰਫ ਪੇਪਰ ਦੇ ਮਾਧਿਅਮ ਲਈ ਇੰਪੋਰਟੈਂਟ ਹੈ ਬੇਫਾਲਤੂ ਚੀਜ਼ਾਂ ਬਹੁਤ ਲੋਕ ਕਰਾ ਕੇ ਤੁਹਾਡਾ ਟਾਈਮ ਵੇਸਟ ਕਰਦੇ ਨੇ ਜਿਸ ਕਰਕੇ ਉਹ ਪੇਪਰ 'ਚ ਵੀ ਨਹੀਂ ਆਉਂਦੀਆਂ ਤੇ ਉਹ ਆਪਣੇ ਵਿਊਜ਼ ਲਈ ਤੇ ਪੈਸੇ ਕਮਾਣ ਲਈ ਇਹ ਮਤਲਬ ਕਿ ਇੱਕ ਚਲਾਇਆ ਹੈ ਜਰੀਆ ਚਲਾਇਆ ਹੈ ਠੀਕ ਹੈ ਜੀ ਉਹ ਚੀਜ਼ਾਂ ਆਪਾਂ ਸਾਰੀਆਂ ਬੰਦ ਕਰਨੀਆਂ ਤੁਹਾਨੂੰ ਆਪਾਂ ਇੱਕ ਪੇਪਰ ਦਾ ਫੋਕਸ ਲੈ ਕੇ ਸਾਰਾ ਕ੍ਰਾਈਟੇਰੀਆ ਟਾਈਮ ਟੇਬਲ ਪ੍ਰੋਪਰ ਤੁਹਾਨੂੰ ਗਾਈਡ ਕਰਾਂਗੇ ਤੇ ਮੈਂ ਕੋਸ਼ਿਸ਼ ਕਰਦਾ ਵੀ ਤੁਸੀਂ ਵੀ ਮੈਨੂੰ ਸਪੋਰਟ ਕਰੋਗੇ ਜਿਵੇਂ ਕਿ ਮੈਂ ਤੁਹਾਡੇ ਲਈ ਕੁਝ ਨਾ ਕੁਝ ਕਰਨ ਦੀ ਸੋਚ ਰਿਹਾ ਠੀਕ ਹੈ ਜੀ ਤੇ ਇਸ ਚੀਜ਼ ਨੂੰ ਆਪਾਂ ਅੱਗੇ ਵਧਾਈਏ ਤੇ ਬਾਕੀ ਦੋਸਤੋ ਘਬਰਾਣ ਦੀ ਕੋਈ ਲੋੜ ਨਹੀਂ ਪੇਪਰ ਬਹੁਤ ਈਜ਼ੀ ਆ ਰਹੇ ਆ ਇੱਕ ਵਾਰੀ ਕੋਚਿੰਗ ਲੋ ਕਿਸੇ ਸੈਂਟਰ ਤੋਂ ਜਿੱਥੇਗਾ ਤੁਸੀਂ ਚਾਹਦੇ ਹੋ ਬਾਕੀ ਆਪਾਂ ਆਪਣਾ ਪਲੇਟਫਾਰਮ ਵੀ ਜਲਦੀ ਆ ਰਿਹਾ ਹੈ ਤੇ ਤੁਹਾਨੂੰ ਮਤਲਬ ਕਿ ਜਿਹੜੇ ਹਜੇ ਅਗਲੇ ਸਾਲ ਭਰਤੀਆਂ ਦੇਣੀਆਂ ਉਹਨਾਂ ਲਈ ਤਾਂ ਸਪੈਸ਼ਲ ਫ੍ਰੀ ਆਫ ਕੋਸਟ ਆਪਣੇ ਵੱਲੋਂ ਕ੍ਰੈਡਿਟ ਹੋਵੇਗੀ ਤੇ ਠੀਕ ਹੈ ਕੋਈ ਆਪਾਂ 1 ਰੁਪਿਆ ਨਹੀਂ ਲੈਣਾ ਤੁਹਾਡਾ ਸਿਰਫ ਇੱਕ ਚਾਰਜ ਹੋਣਗੇ ਉਹ ਵੀ ਸਬਸਕ੍ਰਾਈਬ ਕਰਨਾ ਤੇ ਸ਼ੇਅਰ ਕਰਨਾ ਠੀਕ ਹੈ ਜੀ ਤੇ ਦੂਸਰੀ ਗੱਲ ਇਹ ਨੋਟਸ ਵੀ ਤੁਹਾਨੂੰ ਦਿਆ ਕਰਾਂਗੇ ਆਪਾਂ ਪੀਡੀਐਫ ਟੈਲੀਗ੍ਰਾਮ ਉੱਤੇ ਮੈਨੂੰ ਕੋਈ ਚੱਕਰ ਨਹੀਂ ਹੋਵੇਗਾ ਵੀ ਜੇ ਅਗਰ ਤੁਸੀਂ ਗਾਂਹਾਂ ਜਾ ਕੇ ਸ਼ੇਅਰ ਵੀ ਕਰਦੇ ਹੋ ਜਾਂ ਕਿਸੇ ਨਾਲ ਮਤਲਬ ਕਿ ਤੁਸੀਂ ਹੈਲਪ ਕਰਦੇ ਹੋ ਕਿਸੇ ਦੀ ਆਪਾਂ ਕੋਈ ਇਹੋ ਜਿਹਾ ਇਸ਼ੂ ਨਹੀਂ ਵੀ ਬੱਚੇ ਨੇ ਉੱਥੇ ਜਾ ਕੇ ਮੇਰੇ ਨੋਟਸ ਵੰਡਤੇ ਤੁਹਾਨੂੰ ਪਰਫੈਕਟ ਨੋਟਸ ਮਿਲਿਆ ਕਰਨਗੇ ਇੱਕ ਤੋਂ ਇੱਕ ਜਾਣਕਾਰੀ ਟੌਪ ਦੀ ਦਿਆ ਕਰੂੰਗਾ ਠੀਕ ਹੈ ਜੀ ਮੈਂ ਤੇ ਦੂਸਰੀ ਗੱਲ ਮੈਂ ਦੋਸਤੋ ਇਹ ਘਬਰਾਣ ਦੀ ਲੋੜ ਨਹੀਂ ਬਹੁਤ ਤੁਹਾਨੂੰ ਗੁੰਮਰਾਹ ਕਰਨ ਵਾਲੇ ਮਿਲਣਗੇ ਪੇਪਰ ਓੱਖਾ ਹੁੰਦਾ ਹੈ ਕੰਪਿਊਟਰ ਦੇ ਉੱਤੇ ਦੂਜੂ ਸੋਖਾ ਹੁੰਦਾ ਸਭ ਕੁਝ ਸੋਖਾ ਹੁੰਦਾ ਇੱਕ ਵਾਰੀ ਤੁਸੀਂ ਆਪਣਾ ਦਿਲ ਚੋਂ ਡਾਰ ਕੱਢਣਾ ਹੈ ਉਹਦੇ ਲਈ ਤੁਸੀਂ ਪੇਪਰ ਦੇਣ ਜਾਓ ਦੇਖੋ ਉੱਥੇ ਕੀ ਮਾਹੌਲ ਹੁੰਦਾ ਹੈ ਪਹਿਲਾਂ ਮਾਹੌਲ ਨੂੰ ਚੈੱਕ ਕਰੋ ਤੇ ਬਾਕੀ ਦੋਸਤੋ ਮੌਕ ਟੈਸਟ ਦੀ ਵੀਡੀਓ ਵੇਖਣਾ ਬਿਲਕੁਲ ਨਾ ਭੁੱਲਿਓ ਜੇ ਅਗਰ ਤੁਸੀਂ ਹੁਣ ਵੇਖ ਲਈ ਉੱਥੇ ਤੁਹਾਡੇ 20 ਮਿੰਟ ਤੁਹਾਨੂੰ ਸੀ ਅਰਦਾਸ ਕਰ ਸਕਦੇ ਹੋ ਪਰਮਾਤਮਾ ਅੱਗੇ ਨਹੀਂ ਤਾਂ ਤੁਸੀਂ ਮੈਨੂੰ ਵਿਜੀਲੇਟਰ ਦੇ ਅੱਗੇ ਖਪੀ ਜਾਉਂਗੇ ਠੀਕ ਹੈ ਜੀ ਸੋ 20 ਮਿੰਟ ਆਪਦੇ ਬਚਾਨ ਲਈ ਜਿਹੜੀ ਅਰਦਾਸ ਕਰਨੀ ਆਪਦੇ ਆਪ ਨੂੰ ਸਫੀਸ਼ੀਐਂਟ ਕਰਨਾ ਉਸ এনवायरमेंट ਦੇ ਅਕੋਰਡਿੰਗ ਹੈ ਤੇ ਉਹ ਜਿਹੜਾ ਹੈਗਾ ਤੁਸੀਂ ਹੁਣ ਪਹਿਲਾਂ ਮੇਰੀ ਮੋਕ ਟੈਸਟ ਦੀ ਵੀਡੀਓ ਡਿਸਕ੍ਰਿਪਸ਼ਨ ਵਿੱਚ ਪਈ ਹੈ ਤੁਸੀਂ ਪ੍ਰੋਪਰਲੀ ਚੈੱਕ ਕਰ ਲਵੋ ਵੀ ਕਿਵੇਂ ਪੇਪਰ ਹੋਣਾ ਹੈ ਠੀਕ ਹੈ ਜੀ ਬਾਕੀ ਤੁਹਾਨੂੰ ਮੈਂ ਦੱਸ ਦਿੰਦਾ ਵੀ ਪੰਜਾਬ ਦੇ ਵਿੱਚ ਜਿਹੜਾ ਹੈਗਾ ਐਗਜ਼ਾਮ ਕੋਈ ਵੀ ਕਰੈਕ ਕਰਨਾ ਮੁਸ਼ਕਿਲ ਨਹੀਂ ਹੈ ਇਹ ਸਿਰਫ ਤੁਹਾਡੇ ਮਨ ਦੇ ਉੱਤੇ ਕਿਸੇ ਨੇ ਡਰਾਪ ਆਇਆ ਹੈ ਵੀ ਵੀ ਭਰਤੀਆਂ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ ਦੀਆਂ ਸਪਾਰਸ਼ਾਂ ਹੁੰਦੀਆਂ ਸਪਾਰਸ਼ਾਂ ਸਾਰੀਆਂ ਅੱਜਕੱਲ ਕੈਂਸਲ ਹੋ ਰਹੀਆਂ ਮੈਨੂੰ ਲੱਗਦਾ ਭਰਤੀਆਂ ਅੱਜ ਕਾ ਗਰੀਬ ਬੱਚੇ ਲੈ ਰਹੇ ਆ ਜਿਨ੍ਹਾਂ ਦੇ ਘਰ ਦੇ ਵਿੱਚ ਰੋਟੀ ਵੀ ਨਹੀਂ ਬਲਦੀ ਸੀ ਉਹ ਵੀ ਅੱਜ ਭਰਤੀ ਤੇ ਹੋ ਕੇ ਕਲੀ ਕਰੈਕ ਕਰਕੇ ਉਹ ਆਫੀਸਰਸ ਦੇ ਵਿੱਚ ਬੈਠੇ ਆ ਤੇ ਡੇਲੀ ਤੁਸੀਂ ਮੋਟੀਵੇਸ਼ਨ ਵੀਡੀਓ ਵੀ ਵੇਖਦੇ ਹੋ ਡੇਲੀ ਤੁਸੀਂ ਦੇਖਦੇ ਹੋ ਵੀ ਕੋਈ ਨਾ ਕੋਈ ਬੱਚਾ ਇਹੀ ਕਹਿੰਦਾ ਹੁੰਦਾ ਮੈਂ ਮਿਡਲ ਕਲਾਸ ਫੈਮਿਲੀ ਚੋਂ ਆ ਜਾਂ ਮਾੜੇ ਘਰ ਚੋਂ ਆ ਮਾੜੇ ਘ ਮਤ ਮਾੜੀ ਮਾੜੀ ਕਰਦਾ ਮਤਲਬ ਇਹ ਹੈ ਵੀ ਤੁਹਾਨੂੰ ਰੱਬ ਨੇ ਇਹੋ ਜੀ ਸਥਿਤੀ ਵਿੱਚ ਪਾਲਿਆ ਵੀ ਇਹੋ ਜੀ ਸਥਿਤੀ ਵਿੱਚ ਪਾਲਿਆ ਵੀ ਤੁਸੀਂ ਇੱਕੋ ਦਮ ਜੰਪ ਲਾਉਂਗੇ ਤੇ ਤੁਸੀਂ ਜ਼ਿੰਦਗੀ ਦਾ ਪੂਰਾ ਮਤਲਬ ਕਿ ਸਿੱਟਾ ਹੀ ਬਦਲ ਦੋਗੇ ਮਤਲਬ ਕਹਿੰਦਾ ਪਾ ਕਿਸੇ ਤੁਸੀਂ ਮਤਲਬ ਇੱਕ ਗਲੀ ਵਿੱਚ ਰਹਿਣ ਵਾਲੇ ਤੁਸੀਂ ਬੰਗਲਿਆਂ ਵਿੱਚ ਰਹਿਣ ਵਾਲੇ ਹੋ ਜਾਉਗੇ ਇਹ ਗੱਲ ਹੋ ਜਾਂਦੀ ਹੈ ਠੀਕ ਹੈ ਜੀ ਸੋ ਇਹੀ ਗੱਲ ਹੈ ਮੈਂ ਦੋਸਤੋ ਇਹ ਅੱਜ ਕੱਲ ਦੀ ਜ਼ਿੰਦਗੀ ਦੀ ਰੀਤ ਬਣ ਚੁੱਕੀ ਹੈ ਜੇ ਅਗਰ ਕਿਸੇ ਨੂੰ ਪ੍ਰੋਬਲਮ ਦਿੰਦਾ ਹੈ ਪਰਮਾਤਮਾ ਤਾਂ ਉਹ ਤਾਂ ਹੀ ਦਿੰਦਾ ਵੀ ਉਹ ਆਪਣੀ ਫਿਊਚਰ ਨੂੰ ਚੇਂਜ ਕਰ ਸਕੇ ਨਾ ਕਿ ਉਹਨੂੰ ਦਿੰਦਾ ਵਿੱਲਿਆਂ ਨੂੰ ਕਦੇ ਪ੍ਰੋਬਲਮਾਂ ਨਹੀਂ ਆਈਆਂ ਉਹ ਵਿੱਲਿਆਂ ਨੂੰ ਆ ਹੀ ਲੱਗਦਾ ਹੁੰਦਾ ਫਿਊਚਰ ਮੇਰਾ ਆਹੀ ਹੈ ਮੋਬਾਈਲ ਚਲਾਣਾ ਗੇੜੀ ਲਾਣਾ ਜਾਂ ਫਿਰ ਆਸ਼ਕੀ ਕਰਨਾ ਜੋ ਵੀ ਕੁਝ ਹੈ ਸੋ ਠੀਕ ਹੈ ਜੀ ਹੁਣ ਤੁਸੀਂ ਅੱਗੇ ਤੋਂ ਆਪਣੀ ਤਿਆਰੀ ਰੱਖਿਓ ਤੇ ਬਾਕੀ ਆਪਣਾ ਮੇਰਾ ਤੁਸੀਂ ਸਾਥ ਦਿਓ ਮੈਂ ਤਾਂ ਕਿ ਤੁਹਾਨੂੰ ਵਧੀਆ ਪ੍ਰੈਪਰੇਸ਼ਨ ਕਰਾ ਸਕਾਂ ਆਉਣ ਵਾਲੇ ਟਾਈਮ ਦੇ ਵਿੱਚ ਤੇ ਇਹ ਪੇਜ ਸਪੈਸ਼ਲ ਪੰਜਾਬ ਪੁਲਿਸ ਲਈ ਉਹੀ ਹੋਊਗਾ ਵੀ ਜਿਹੜਾ ਕੀ ਹੁਣ ਆਨਲਾਈਨ ਤੁਸੀਂ ਦੇਖਦੇ ਹੋ ਐਸਐਸਸੀ ਜਾਂ ਫਿਰ ਪਰਿਵਾਰੀ ਦੀ ਜਾਂ ਫਿਰ ਹੋਰ ਭਰਤੀਆਂ ਰਿਲੇਟਡ ਹੁੰਦਾ ਸੀ ਨਾ ਜੀ ਲੁਕਈਆਂ ਤੇ ਹੁੰਦੇ ਆ ਪੇਪਰ ਚੈਨਲ ਇਹੋ ਜੇ ਮਿਕਸ ਹੁੰਦੇ ਆ ਬਟ ਆਪਾਂ ਮਿਕਸ ਨਹੀਂ ਰੱਖਣਾ ਆਪਾਂ ਸਿਰ ਪੰਜਾਬ ਪੁਲਿਸ ਰਿਲੇਟਡ ਹੀ ਤਿਆਰੀ ਕਰਾਵਾਂਗੇ ਸੋ ਠੀਕ ਹੈ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਜਰੂਰ ਸ਼ੇਅਰ ਕਰਿਓ ਬਾਤੋ ਭੈਣ ਭਰਾਵਾਂ ਤੱਕ ਮੈਸੇਜ ਪਹੁੰਚਾਈਓ ਤਾਂ ਕਿ ਜੁੜਨ ਸਾਡੇ ਨਾਲ ਤੇ ਓਕੇ ਜੀ ਧ